ਅਸਲਾਮ ਅਲੈਕੁਮ, ਕੀ ਹਾਲ ਨੇ ਸਾਰਿਆਂ ਦੇ? ਠੀਕ ਹੋ ਜੀ? ਸੁਬਹਾ ਦਾ 5:30 ਦਾ ਟਾਈਮ ਆ ਅਤੇ ਆਪਣੀ ਦੁਕਾਨ ਆ ਸਬਜ਼ੀ ਦੀ, ਅਤੇ ਆਪਾਂ ਚੱਲੇ ਹਾਂ ਸਬਜ਼ੀ ਮੰਡੀ। ਉਹ ਭਾਈ ਸਾਹਮਣੇ ਖਲੋਤੇ ਅਰਸ਼ਕਾ ਰਹਿ ਕੇ, ਅਤੇ ਆਪਾਂ ਚੱਲੇ ਹਾਂ ਸਬਜ਼ੀ ਮੰਡੀ। ਅਤੇ ਜੀ ਇਹ ਮੇਰਾ ਨਵਾਂ ਚੈਨਲ ਆ ਅਤੇ ਮੈਨੂੰ ਸਪੋਰਟ ਕਰੋ ਲਾਜ਼ਮੀ। ਉਹ ਸਾਹਮਣੇ ਭਾਈ ਖਲੋਤੇ ਆ। ਚਲੋ ਜੀ, ਇਹ ਜੇਸੀ ਰਸਤੇ 'ਚ ਅਸੀਂ ਜਾ ਰਹੇ ਹਾਂ। ਮੰਡੀ ਮੇਰੇ ਤੋਂ 4 ਕਿਲੋਮੀਟਰ ਦੂਰ ਆ ਜੀ। ਹਾਂਜੀ, ਇਹ ਜੀ ਮੈਂ ਬੈਠਾ ਪਿੱਛੇ ਸਕੂਨ ਨਾਲ, ਚਿਲ ਮੋਲ, ਠੰਡੀ ਹਵਾ, ਹਾਏ ਹਾਏ ਸੁਭਾਨ ਅੱਲਾਹ। ਇਹ ਜੀ ਅਸੀਂ ਚੌਕ 'ਤੇ ਆ ਗਏ ਹਾਂ, ਬਾਕੀ 2.5 ਕਿਲੋਮੀਟਰ ਸਫ਼ਰ ਹੋਰ ਰਹਿ ਗਿਆ। ਬਸ ਇਨਸ਼ਾਅੱਲਾ ਇਹ ਸੁਬਹਾ ਸੁਬਹਾ ਦੀ ਹਵਾ, ਸੁਭਾਨ ਅੱਲਾਹ ਜੀ, VAP ਹਵਾ ਆਉਂਦੀ ਆ ਅਤੇ ਦਿਲ ਕਰਦਾ ਕਿ ਬਸ ਬਿਸਤਰਾ ਰਸ਼ਕੇ 'ਚ ਹੀ ਰੱਖ ਕੇ ਬੰਦਾ ਸੋ ਜਾਵੇ। ਇੰਨਾ VIP ਮਜ਼ਾ, ਮਾਹੌਲ, ਸਕੂਨ ਹੁੰਦਾ ਜੀ। ਇਹ ਆਪਾਂ ਬਸ ਚੌਕ 'ਤੇ ਪੁੱਜ ਗਏ ਹਾਂ ਜੀ, ਜਾਣ ਵਾਲੇ ਹਾਂ। ਅਤੇ ਰਸ਼ਕਾ ਵਗੈਰਾ ਜੀ, ਇਹ ਦੇਖੋ ਹੁਣ ਮੈਂ ਸਕੂਨ ਨਾਲ ਬੈਠਾ ਪਿੱਛੇ। ਉਹ ਭਾਈ ਰਸ਼ਕਾ ਚਲਾ ਰਹੇ ਨੇ, ਆਪਾਂ ਸਕੂਨ ਨਾਲ ਪਿੱਛੇ ਬੈਠੇ, ਨੀਂਦ ਨਾਲ ਵਿਹੜੇ ਬੈਠੇ ਹਾਂ ਜੀ। ਜੀ ਅੱਲਾਹ ਦਾ ਸ਼ੁਕਰ। ਔਰ ਤੁਸੀਂ ਸਭ ਠੀਕ ਠਾਕ? ਅਤੇ ਕਮੈਂਟਸ ਆਪਣਾ ਤੁਸੀਂ ਕਾਰੋਬਾਰ ਲਾਜ਼ਮੀ ਦੱਸਣਾ, ਕੌਣ ਕੌਣ ਕੀ ਕਾਰੋਬਾਰ ਕਰਦਾ। ਅਲਹਮਦੁਲਿਲਾ, ਸਾਡਾ ਛੋਟਾ ਦਾ ਠੀਆ ਵਾ ਸਬਜ਼ੀ ਦਾ, ਅਸੀਂ ਸਬਜ਼ੀ ਦਾ ਕੰਮ ਕਰਦੇ ਹਾਂ। ਸਾਨੂੰ ਫਖਰ ਆ ਕਿ ਅਸੀਂ ਆਪਣੀ ਰੋਜ਼ੀ ਕਰਦੇ ਹਾਂ, ਅਲਹਮਦੁਲਿਲਾ ਜੀ। ਅਸੀਂ ਇਹ ਚੌਕ 'ਤੇ ਪੁੱਜ ਗਏ ਹਾਂ, ਬਸ ਸਬਜ਼ੀ ਮੰਡੀ ਹੁਣ ਅਸੀਂ ਪੁੱਜਣ ਵਾਲੇ ਹਾਂ ਜੀ। ਸੁਬਹਾ ਸੁਬਹਾ ਮੌਸਮ ਚੈੱਕ ਕਰੋ VAP ਇਸ ਦਾ, ਮਾਸ਼ਾਅੱਲਾ ਮਾਸ਼ਾਅੱਲਾ। ਦੇਖੋ ਜੀ, ਸਾਡੇ ਇੱਥੇ ਬੱਦਲ ਹੋ ਰਹੇ ਆ, ਤੁਸੀਂ ਸੁਣਾਓ ਤੁਹਾਡਾ ਉੱਥੇ ਦਾ ਕਿਵੇਂ ਮਾਹੌਲ ਆ ਜੀ? ਜਿਹੜਾ ਕੌਣ ਕੌਣ ਮੇਰਾ ਜਿੱਥੋਂ ਜਿੱਥੋਂ ਵੀਡੀਓ ਦੇਖਣ ਦਿਆ ਜੀ, ਕਮੈਂਟਸ ਲਾਜ਼ਮੀ ਦੱਸੋ ਮੈਨੂੰ ਜੀ। ਆਏ ਹਾਏ ਸੁਭਾਨ ਅੱਲਾ ਜੀ, ਆਹ ਹਵਾ ਕਦੀ ਖਾ ਕੇ ਦੇਖੋ ਨਾ। ਆਏ ਹੋਏ ਸੁਬਹਾ ਸੁਬਹਾ ਦੀ ਹਵਾ ਮਜ਼ਾ ਚਸ ਕਰਵਾ ਦਿੰਦੀ ਹੈ। ਬਸ ਜੀ ਆਪਾਂ ਪੁੱਜਣ ਵਾਲੇ ਸਬਜ਼ੀ ਮੰਡੀ, ਅਤੇ ਇਨਸ਼ਾਅੱਲਾ ਰਸ਼ਕਾ ਲੋਡ ਕਰਕੇ ਤੁਹਾਨੂੰ ਫਿਰ ਮਿਲਦੇ ਹਾਂ। ਹਾਂਜੀ, ਆਹ ਰਸ਼ਕਾ ਜੀ ਆਪਣਾ ਲੋਡ ਹੋ ਗਿਆ, ਅਤੇ ਹੁਣ ਆਪਾਂ ਵਾਪਸੀ ਜਾ ਰਹੇ ਹਾਂ ਜੀ। ਜੀ ਬਿਲਕੁਲ, ਦੇਖੋ ਕਿੱਥੇ ਹੁਣ ਅਸੀਂ ਬੈਠੇ ਹਾਂ, ਅਤੇ ਸਾਡੇ ਸੈਰ ਪੀਰ ਪਿੰਡ ਦਾ ਮਾਹੌਲ ਚੈੱਕ ਕਰੋ ਜੀ। ਆਹ ਜੀ ਦੇਖੋ, ਆਹ ਅਸੀਂ ਸਬਜ਼ੀ ਲੋਡ ਕਰ ਲਈ, ਪਿੱਛੇ ਜੀ ਦੁਕਾਨ ਦਾ ਮੁਲਾਜ਼ਮ ਬੈਠਾ ਸਾਡਾ, ਅਤੇ ਜਾ ਰਹੇ ਹਾਂ ਅਸੀਂ ਵਾਪਸੀ। ਆਹ ਅਸੀਂ ਸਬਜ਼ੀ ਲਈ ਜੀ,